नमस्कार, प्राइम न्यूज 24 में आप सभी का स्वागत है। मैं हूं नेहा दुबे। भारतीय जनता पार्टी के द्वारा लाए गए ऑर्डिनेंस बिल का जहां जबरदस्त हंगामा देखने को मिल रहा है, वहीं पर किसानों की समस्याएं थमने का नाम नहीं ले रही हैं। ये खबर भी कुछ ऐसी ही है। धान की फसल का सीजन शुरू हो चुका है। किसान अपनी फसल बेचने के लिए अनाज मंडी ले जा रहे हैं और केंद्र सरकार की हिदायतों के अनुसार सरकारी खरीद 1 अक्टूबर की जगह 26 सितंबर से शुरू हो जानी चाहिए थी। लेकिन अगर बात की जाए जिला गुरदासपुर की सबसे बड़ी अनाज मंडी बटाला की, तो यहाँ धान की फसल के अंबार लगने शुरू हो चुके हैं, लेकिन सरकारी खरीद का कोई नामो निशान नहीं है। और मंडी बोर्ड के अधिकारी के अनुसार मंडी में अभी तक 6,850 टन फसल की आमद हो चुकी है और जल्द सरकारी खरीद शुरू हो जाएगी। लेकिन इन सभी बातों में एक चीज साफ नजर आ रही है कि मंडी में एक बार फिर से किसान ही परेशान दिखाई दे रहा है। किसानों का कहना है कि मंडी में इंतजामों की भी कमी है। वहीं किसानों का ये भी कहना है कि टीवी चैनलों पर सरकारी खरीद शुरू हुई बताई जा रही है, लेकिन जमीनी स्तर पर सरकारी खरीद असलियत में अभी तक शुरू नहीं हुई है। ਤਰਮਣ ਝੋਨਾ ਲੈ ਗਏ ਆ 27 ਜਨਵਰੀ ਦੇ ਬਟਾਲੇ ਮੰਡੀ 'ਚ, ਅਤੇ ਕਿਸ ਤਰ੍ਹਾਂ ਦੇ ਪ੍ਰਬੰਧ ਆ? ਕਿਉਂਕਿ ਸਰਕਾਰਾਂ ਵੱਲੋਂ ਕਿਹਾ ਗਿਆ ਸੀ ਕਿ 26 ਤਰੀਕ ਤੋਂ ਸ਼ੁਰੂ ਕਰ ਦਿੱਤੀ ਜਾਏ ਖਰੀਦ ਸਰਕਾਰੀ। ਅਜੇ ਸਰਕਾਰ ਸਰਕਾਰ ਦਾ ਕੋਈ ਨਹੀਂ ਇੱਥੇ ਹੈਗਾ, ਨਾ ਕੋਈ ਗੱਲ ਹੈ ਨਾ ਬਾਤ ਹੈ, ਇੱਥੇ ਸਿਰ ਦੇ ਅੜ ਕੇ ਬੈਠੇ ਹਾਂ। ਕਿੰਨੇ ਵਜੇ ਆਏ ਉੱਧਰ? ਅਸੀਂ ਪਿੰਡੋਂ 4:30 ਵਜੇ ਤਰ ਹਾਂ। ਕੋਈ ਸਰਕਾਰੀ ਖਰੀਦ ਕਰਨ ਵਾਸਤੇ ਨਹੀਂ ਆਇਆ? ਕੋਈ ਬੰਦਾ ਨਾ ਸਰਕਾਰੀ ਵਾਲਾ ਨਾ ਪ੍ਰਾਈਵੇਟ ਵਾਲਾ ਕੋਈ ਨਹੀਂ ਪਹੁੰਚਿਆ ਅਜੇ ਤੱਕ। ਰੇਟ ਰੂਟ ਕਿਸ ਤਰ੍ਹਾਂ ਦਾ ਮਿਲ ਰਿਹਾ ਤੁਹਾਨੂੰ? ਅਜੇ ਪਹਿਲੇ ਦਿਨ ਆਏ, ਵੇਖੋ ਕੀ ਮਿਲਦਾ। ਕਿਸ ਤਰ੍ਹਾਂ ਦੇ ਪ੍ਰਬੰਧ ਲੱਗ ਰਹੇ ਆ ਮੰਡੀ 'ਚ? ਪ੍ਰਬੰਧ ਇੱਥੇ ਕਾਹਦੇ ਹੋਣੇ ਆ? ਪ੍ਰਬੰਧ ਇੱਥੇ ਜੋ ਆੜਤੀ ਉੜਤੀ ਕਰਦੇ ਉਹੀ ਆ ਕਿ ਚਾਹ ਪਾਣੀ ਪਿਆਲਦੇ, ਪਾਣੀ ਪਿਆਲਦੇ, ਹੋਰ ਕਰਨਾ ਨਾ। ਮੰਡੀ ਬੋਰਡ ਵੱਲੋਂ ਕੋਈ ਨਹੀਂ? ਕੋਈ ਮੰਡੀ ਬੋਰਡ ਵੱਲੋਂ? ਬਟਾਲਾ ਮੰਡੀ ਆਏ ਜੀ, ਅਤੇ 1500 ਨੌ ਲਿਆਉਂਦੀ। ਅਤੇ ਕਿਸ ਤਰ੍ਹਾਂ ਦੇ ਖਰੀਦ ਦੇ ਪ੍ਰਬੰਧ ਲੱਗ ਰਹੇ? ਸਰਕਾਰੀ ਖਰੀਦ ਜਾਂ ਪ੍ਰਾਈਵੇਟ ਖਰੀਦ? ਪ੍ਰਾਈਵੇਟ ਹੀ ਅਜੇ ਖਰੀਦਣ ਡੇ, ਸਰਕਾਰੀ ਤਾਂ ਖਰੀਦਣ ਨਹੀਂ ਡੇ ਅਜੇ। ਬਾਰਦਾਨਾ ਹੀ ਨਹੀਂ ਅਜੇ ਮੰਡੀਆਂ ਦੇ ਵਿੱਚ, ਤਾਂ ਸਰਕਾਰੀ ਖਰੀਦ ਕਿੱਥੋਂ ਹੋਣੀ ਹੈ? ਪ੍ਰਬੰਧ ਵੈਸੇ ਕਿਸ ਤਰ੍ਹਾਂ ਦੇ? ਪ੍ਰਬੰਧ ਤਾਂ ਠੀਕ ਹੀ ਹੈ, ਇਹ ਤਾਂ ਪੱਖਾ ਹੀ ਲੱਗਣ ਡਿਆ। ਪਹਿਲੇ ਦਿਨ ਲੈ ਕੇ ਆਏ, ਹੁਣ ਪਤਾ ਲੱਗੂਗਾ ਜਦੋਂ ਤੂੰ ਵਿਕੂਗੀ ਤਾਂ ਕਰੀ ਪਤਾ ਲੱਗਣਾ। ਸਰਕਾਰੀ ਖਰੀਦ ਕੋਈ ਨਹੀਂ ਹੋ ਰਹੀ? ਸਰਕਾਰੀ ਨਹੀਂ ਅਜੇ ਹੁੰਦੀ। ਕਿਸ ਤਰ੍ਹਾਂ ਦਾ ਕੀ ਰੇਟ ਮਿਲ ਰਿਹਾ? 1500-9 ਦਾ ਰੇਟ ਤਾਂ ਜੀ ਇਹੋ ਹੀ, 1800-1900 ਤੋਂ ਵੱਧ ਨਹੀਂ ਗਿਆ। ਪਿਛਲੇ ਸਾਲ 3000 ਨੂੰ ਵਿਕੀ, ਤਿਆਰ ਕਾ 1900, ਆਪੇ ਤੁਸੀਂ ਹਿਸਾਬ ਲਾ ਲਓ ਵੀ ਕਿੰਨਾ ਘਾਟਾ। ਬਟਾਲਾ ਮੰਡੀ ਦੇ ਵਿੱਚ ਆਏ ਹਾਂ, ਦਾਣਾ ਮੰਡੀ ਦੇ ਵਿੱਚ ਜੀ 1500-9 ਲੈ ਕੇ ਆਏ ਹਾਂ ਜੀ। ਕਿਸ ਤਰ੍ਹਾਂ ਦੇ ਪ੍ਰਬੰਧ ਲੱਗ ਰਹੇ ਆ? ਸਰਕਾਰੀ ਖਰੀਦ ਜਾਂ ਪ੍ਰਾਈਵੇਟ ਖਰੀਦ ਕਿਸ ਤਰ੍ਹਾਂ ਚੱਲ ਰਹੀ ਹੈ? ਸਰਕਾਰੀ ਖਰੀਦ ਦਾ ਨਾ ਹੀ ਚੱਲ ਰਿਹਾ ਅਜੇ। ਕੋਈ ਬਾਰਦਾਨਾ ਹੋਏਗਾ, ਕੋਈ ਕਿਸੇ ਫੇਰੀ ਕਿਸੇ ਬੋਰੀ 'ਚ ਹੋਏ ਦਾਣਾ ਪਏਗਾ। ਜਿੰਨਾ ਚਿਰ ਕੋਈ ਬਾਰਦਾਨਾ ਨਹੀਂ ਗਾ, ਕੋਈ ਤੋੜਾ ਨਹੀਂ ਹੈਗਾ, ਨਾ ਕੋਈ ਬਾਰਦਾਨਾ ਆਇਆ ਵਾ, ਅਤੇ ਸਰਕਾਰੀ ਖਰੀਦ 'ਤੇ ਇੱਕ ਸੈਂਪਲ ਹੀ ਲੈਣੇ ਨੇ, ਸੈਂਪਲ ਲਈ ਜਾਂਦੇ ਨੇ। ਉਸ ਤਰ੍ਹਾਂ ਵੈਸੇ ਬਾਕੀ ਪ੍ਰਬੰਧ ਕਿਸ ਤਰ੍ਹਾਂ ਦੇ ਲੱਗ ਰਹੇ ਆ? ਬੈਠਣ ਵਾਸਤੇ ਜਾਂ ਪਾਣੀ ਵਾਸਤੇ ਜਾਂ ਉਸ ਤਰ੍ਹਾਂ ਕੋਈ ਲਾਈਟਿੰਗ ਦਾ ਪ੍ਰਬੰਧ ਜਾਂ ਕਿਵੇਂ? ਸਵੇਰ ਦੀ 2-3 ਵਾਰੀ ਤਾਂ ਲਾਈਟ ਬੰਦ ਹੋ ਗਈ, ਜਨਰੇਟਰ ਹੀ ਚੱਲਣ ਡੇ ਨੇ ਇੱਥੇ, ਤੁਹਾਡੇ ਸਾਹਮਣੇ ਬੈਠੇ ਹਾਂ, ਵੇਖ ਲਓ ਵੀ ਲਾਈਟ ਦਾ ਕੀ ਪ੍ਰਬੰਧ ਹੈਗਾ। ਤੁਹਾਨੂੰ ਕੀ ਲੱਗਦਾ ਕਿ 26 ਤਰੀਕ ਨੂੰ ਕਹਿੰਦੇ ਸਰਕਾਰੀ ਖਰੀਦ ਸ਼ੁਰੂ ਕਰ ਦਾਂਗੇ? ਸਰਕਾਰ ਸ਼ੁਰੂ ਤਾਂ ਉੱਦਾਂ ਤਾਂ ਬਥੇਰੇ ਹੋ ਜਾਂਦੀ ਹੈ, ਟੀਵੀਆਂ 'ਤੇ ਬੜੇ ਚਿਰ ਦੀ ਸ਼ੁਰੂ ਹੋ ਗਈ ਹੈ, ਇਹ ਨਿਊਜ਼ ਚੈਨਲਾਂ ਦੇ ਉੱਤੇ ਹੀ ਖਰੀਦ ਸ਼ੁਰੂ ਹੋਈ ਹੈ। ਮੰਡੀਆਂ ਦੇ ਵਿੱਚ ਜਿਹੜੀ ਖਰੀਦ ਆ ਉਹ ਤਾਂ ਹੀ ਸ਼ੁਰੂ ਹੈ ਜੇ ਅੱਗੇ ਬਾਰਦਾਨਾ ਆਏ ਤਾਂ ਮਾਲ ਭਰਿਆ ਜਾਏ, ਟਾਈਮ ਨਾਲ ਵਿਹਲਾ ਕਿਤੇ ਜਾਏ। 12-1 ਵਜੇ ਤਾਂ ਖਰੀਦ ਸ਼ੁਰੂ ਕਰਦੇ ਨੇ, 10-11 ਵਜੇ ਰਾਤ ਨੂੰ ਵਿਹਲਾ ਹੁੰਦਾ ਜੱਟ। ਰੇਟ 'ਚ ਮਿਲਦਾ ਪਿਆ ਤੁਹਾਨੂੰ 1500? ਰੇਟ ਠੀਕ ਹੈ ਜੀ, 1900 ਦੇ ਲੱਗ ਜਾ ਕੇ ਮਿਲਦਾ ਪਿਆ, 1900, 1950, 2000 ਘੱਟ ਹੀ ਮਿਲਦਾ ਪਿਆ ਰੇਟ, ਯਾਨੀ ਕਿ ਪਿੱਛੇ ਨਾਲੋਂ ਪਹਿਲੀ ਨਾਲੋਂ। ਪਹਿਲਾਂ ਰੇਟ ਹੈਗਾ ਸੀ ਕੋਈ 2000-2500, 2500-2700, ਪਰ ਇਸ ਸਾਲ ਰੇਟ ਵੀ ਘਟਿਆ जी हाँ। वहीं जब बटाला अनाज मंडी के अधिकारी सेक्रेटरी विक्रमजीत सिंह से बात की गई, तो उनका कहना था कि अनाज मंडी में सभी इंतजाम पुख्ता कर दिए गए हैं और मंडी में अभी तक 6,850 टन धान की फसल की आमद हो चुकी है और इस बार मौसम ठीक होने से फसल में नामो भी ठीक है और केंद्र सरकार की हिदायतों के अनुसार खरीद की तारीख बदलने की वजह से कुछ मुश्किलें आई थी, लेकिन अब जल्द सरकारी खरीद शुरू कर दी जाएगी। प्राइम न्यूज 24 के लिए जतिंदर कुंडल की रिपोर्ट। जिम्मेदारों वास्ते, आड़तियों वास्ते, मजदूरों वास्ते मंडी च सफाई करा दी गई है, ते उस तो अलावा अहीं वाशरूम वगैरह जां पक्की बिजली करन जां शैड जिहड़े सारे चंगी तरह नीट एंड क्लीन कर दित्ते। किन्नी फसल हुण तक बटाला मंडी दे कोल? हुण तक 6,850 टन जिहड़ी आ फसल आ चुकी है, उस विच 90-95% जिहड़ी 1509 बासमती दी किस्म आ, जिहदा कि रोज़ बोली कराने अहीं शाम तक, ते 2150 तक भी विकी आ, ते अज दा जिहड़ा कल दा रेट ही 2000 ਪੰਜੀ ਰੁਪਏ। ਸਰਕਾਰੀ ਖਰੀਦ ਤੋਂ ਤੱਕ ਸ਼ੁਰੂ ਹੋਈ?
ਸਰਕਾਰੀ ਖਰੀਦ ਸੈਂਟਰ ਅਤੇ ਪੰਜਾਬ ਸਰਕਾਰ ਦੀਆਂ ਤਾਂ 26 ਤੋਂ ਜਿਹੜੀ ਉਹਨਾਂ ਨੇ ਅਨਾਊਂਸ ਕਰਤੀ ਸੀ, ਪਰ ਜਿਹੜਾ ਪ੍ਰਬੰਧ ਕਰਦੇ ਕਰਦੇ ਅੱਜ ਤੋਂ ਜਿਹੜੀ ਸਰਕਾਰੀ ਖਰੀਦ ਸ਼ੁਰੂ ਹੋ। ਦਸ਼ਪਾਲ ਉਹ ਆਪਣਾ ਜਾਣਾ ਦੂਸਰਾ ਕਰਨ ਲੱਗ ਪਿਆ ਧਾਰਮਿਕ। ਅੱਛਾ ਠੀਕ ਹੈ, ਐਨ ਆਰ ਆਈ ਉਹਦੇ 'ਚ ਗਿਆ। ਹਾਂ।